कंडीशन देख लो जी बाकी अपनी। हाँ फट्टा भी दिखाने पिछे। सत श्री अकाल जी, थानू सारियां नू स्वागत है अज की नवी वीडियो च। ते अज आए हो जी भैन को अपनी को, ते उन्हां कोल इक थ्रैशर खड़ा हड़ंबा, ते वो बकाऊगा जी। ते दिखाने थानू क्या कंडीशन आ, ते किन्ना मुल आ, ते कंडीशन साफ पई है सारी, नवें वर्गा ही पिया जी। जे किसी ने लेना है नंबर दस देना जी अपने भाई जी का, ते जरूर संपर्क कर लियो जे किसी ने चाहिए। समराले का बनया, तो बाकी थोनों दिखाने जी वीडियो च। लो जी मिलो जी भाण जी नूं। हाँ जी, कित्थे ते आए हो जी? वर्दी देखो मुंडे दी किन्नी सोहनी लगदी आ वे। हैं इन्नी लेट स्कूल ते आंदा तू? किन्ने बजे गया था? किन्ने दिनां बाद गया स्कूल अज? दो महीने बाद। क्या करदा था इन्ना टाइम? अज क्या फिर दिखाउणा आपां ने वीडियो च? इधर नूं आजा। असीं अज दिखाउणा आए जी हड़ंबा। हाँ दिखांदे आ जी। लो भाई ट्रैक्टर देखो मुंडे दा। ओए क्या बनाया पिछे पाण नूं मनिंदर? रोक ला खड़का हुंदा। आवाज दस हाले किथे आ? होर क्या बनाउणा है? खिच लूंगा चार। डंगर पिछे छड़ना पैंदा है ना, देखना पैंदा है डंगर दी पूंछ पर जाके बैंदा है। जे डंगर लत मारे ता मर मुड़ जावे ता देखना पैंदा इनू। अच्छा जी, मशीन भी नाल दोंगे कुत्ते ते जिना बन्निया वा? नहीं नहीं फिर तो जे जी ना लगे ओदे बिना दो तीन चीजा बेचनिया कही जाना। मेरी वीडियो नहीं बनाना दे अज असि हम डीकते घंटा हो गया हम स्कूल बना थ्रेसर दी वीडियो। क्या बेचना भाई? एक थ्रेसर बेचना जी, एक कुत्ता। अच्छा कुत्ता भी बेचना? ठीक है जी, ठीक है जी। थ्रेसर कित्थे दा बनया वैसे? ये बनया होया समराले दा। समराले दा? अच्छा लो बल दिखा दी एक मिनट रुको। कंडीशन देख लो जी बाकी अपनी। हाँ फट्टा भी दिखाने पिछे। बिरती रीपर चलाने दा टाइम हो जांदा है। सरो फिर असीं पहला सरो दा काम करदे हुंदे थे है ना, हुण रीपर ले लिया असीं। रीपर चलाने का काम हो जाए फिर दो ट्रैक्टर चलाना पैंदा है। दूआ ट्रैक्टर साढ़े कोल है नहीं, खड़ा रहिंदा है। अच्छा फिर इहदे करके हड़ंबा वेचना तुसीं? हां इहदे करके वेचना है। भी मशीन चलाई जाए करो? हां भी मशीन चलाई जानी, मशीन च वाधा भी ज्यादा है फिर। ठीक है जी। ते बाकी काम वधिया जी थोड़ा? हां जी। हां पिछले साल चलाया जी तुसीं रीपर? वधिया चली आई? हां बहुत बहुत धमानदार रीपर आ दड़बे दा जी।
ਤੇ ਟਰਾਲੀਆਂ ਕਿੱਥੇ ਆ ਮਨਿੰਦਰ ਤੁਹਾਡੀਆਂ ਤੂੜੀ ਵਾਲੀਆਂ ਤੂੜੀਆਂ ਵਾਲੀਆਂ ਟਰਾਲੀਆਂ ਜੀ ਸਾਡੇ ਦੂਏ ਘਰ ਖੜੀਆਂ ਐ ਠੀਕ ਹੈ ਠੀਕ ਹੈ ਤੇ ਵੱਟਾ ਦੇਖ ਲਓ ਜੀ ਕੰਡੀਸ਼ਨ ਦੇਖ ਲਓ ਬਾਕੀ ਤੁਸੀਂ ਹਾਂ ਉੱਪਰ ਚੜ ਕੇ ਬਣਾ ਨਵਾਂ ਹੀ ਪਿਆ ਹਾਂ ਜੀ ਦੇਖ ਲਓ ਜੀ ਮੈਂ ਕਿਹਾ ਵਿੱਚ ਦੇ ਨਵਾਂ ਹੀ ਪਿਆ ਅੱਛਾ ਜੀ ਬਸ ਥੋੜੀ ਬਹੁਤੀ ਤੂੜੀ ਖਸੀ ਨਾ ਕਰਦਾ ਜਾਂ ਪਿਆ ਹੁਣ ਸਾਹ ਬਹੁਤ ਆ ਬਈ ਅੰਦਰ ਖੜਦਾ ਏ ਦੇਖ ਲਓ ਜੀ ਗਰਾਰੀਆਂ ਹਾਂ ਸਭ ਕੁਝ ਓਕੇ ਲਾਈਟ ਵੀ ਉੱਪਰ ਕਈ ਵਾਰ ਨਹੀਂ ਆ ਉੱਪਰ ਲਾਈਟ ਵੀ ਲਾਈ ਹੋਈ ਏ ਤੇ ਭਾਣਜਾ ਪੂਰਾ ਟ੍ਰੈਂਡ ਆ ਹਣਾ ਹੋਰ ਭਾਣਜਾ ਠੀਕ ਆ ਜਦੋਂ ਮਰਜ਼ੀ ਬਾਈ ਦੇਖ ਲਿਓ ਦੁਲਚੀ ਮਾਜਰਾ ਪਿੰਡ ਆ ਇਹਨਾਂ ਦਾ ਤੇ ਭਾਜੀ ਦਾ ਨਾਮ ਅਮਰਜੀਤ ਸਿੰਘ ਹਾਂਜੀ ਤੇ ਜਿਹਨੂੰ ਮਰਜ਼ੀ ਪੁੱਛ ਲਿਓ ਖੇਤਾਂ 'ਚ ਰਹਿੰਦੇ ਆ ਆਪਣਾ ਜਿਹੜਾ ਦੁਲਚੀ ਮਾਜਰੇ 'ਤੇ ਸਾਲਾਂ ਪਰ ਨੂੰ ਰੋਡ ਜਾਂਦਾ ਨਾ ਉਹਦੇ 'ਤੇ ਇਹਨਾਂ ਦਾ ਬਾਕੀ ਪਿੰਡ ਪਿੰਡ ਹੈਗਾ ਇਹ ਰੋਪੜ 'ਤੇ ਮਰੰਡਾ ਰੋਡ 'ਤੇ ਪਿੰਡ ਆ ਇਹ ਰੋਪੜ ਸਾਲਾਂ ਪਰ ਲਾਗ ਪੈ ਜਾਂਦਾ ਹਾਂ ਜਿਹੜਾ ਨਦੀ ਦਾ ਪੌਲਾਂ ਦਾ ਦੁਲਚੀ ਮਾਜਰੇ ਦਾ ਉਹ ਪਿੰਡ ਆ ਜੀ ਹਾਂਜੀ ਹਾਂ ਗੋਸਲਾਂ ਸਾਲਾਂ ਪਰ ਚੌਂਕ ਪੈਂਦਾ ਜੀ ਠੀਕ ਹੈ ਅਤੇ ਬਾਕੀ ਥੋੜ੍ਹਾ ਗਿੱਟੇ 'ਚ ਖੜਾ ਮੈਂ ਤਾਂ ਕਹਿੰਦਾ ਕਈ ਵਾਰ ਵੀਡੀਓ 'ਚ ਚੱਜ ਨਾਲ ਦੇਖਦਾ ਨਹੀਂ ਜਦੋਂ ਜਿਹਨੇ ਵੀ ਲੈਣਾ ਬਾਈ ਪਰ ਆਇਓ ਮੇਰਾ ਵੀਰ ਜਿਹਨੇ ਲੈਣਾ ਏ ਫੋਨ ਵੀ ਉਹੀ ਕਰਿਓ ਅਤੇ ਕਿਆ ਕੁਛ ਮੰਗਦੇ ਭਾਅ ਜੀ 1,60,000 ਮੰਗਦੇ ਬਾਈ ਠੀਕ ਹੈ ਅਤੇ ਬਾਕੀ ਫੱਟਾ ਦਿਖਾ ਦਿੱਤਾ ਉਹਨਾਂ ਦਾ ਫੱਟਾ ਹਾਂਜੀ ਹਾਂਜੀ ਕਿਹੜੀ ਚਾਦਰ ਲੱਗੀ ਵੀ ਆ ਦੇਖ ਲਾ ਉਹ 20-25,000 ਦਾ ਘੱਟੋ ਘੱਟ ਫੱਟਾ ਹੀ ਆ ਹਾਂਜੀ ਹਾਂਜੀ ਠੀਕ ਨਹੀਂ ਕਿਹੜਾ ਫੱਟਾ ਏ ਭਾਅ ਜੀ ਜਦੋਂ ਮਰਜ਼ੀ ਬਾਈ ਨੰਬਰ ਤੁਹਾਨੂੰ ਬੋਲ ਦਿੰਦੇ ਆ ਤੇ ਜਦੋਂ ਮਰਜ਼ੀ ਕਾਲ ਕਰਕੇ ਆ ਜਾਇਓ ਜਦੋਂ ਵੀ ਦੇਖਣਾ ਹੋਇਆ ਤੇ ਬਾਕੀ ਬੈਠ ਕੇ ਹੀ ਸੌਦਾ ਹੁੰਦਾ ਹੁਣ ਫੋਨ ਤੇ ਤਾਂ ਕਰਕੇ ਨਹੀਂ ਹੁੰਦਾ ਤੇ ਨੰਬਰ ਬੋਲ ਦੋ ਜੀ ਆਪਣਾ ਭਾਈ ਨੰਬਰ ਹੈ ਜੀ 95,926,32,622 ਜੀ ਠੀਕ ਹੈ 95,926 ਜੀ 32,622 ਜੀ ਠੀਕ ਹੈ ਜੀ ਤੇ ਜ਼ਰੂਰ ਹੈ ਮੈਂ ਕਰ ਲਿਓ ਸੰਪਰਕ ਜਿਹਨੇ ਖਰੀਦਣਾ ਤੇ ਬਾਕੀ ਸੀਜ਼ਨ ਮੁਰੇ ਆ ਰਿਹਾ ਹਨਾ ਜੀ ਸੀਜ਼ਨ ਤਾਂ ਹੁਣ ਆਏ ਆ ਕੋਈ ਕਮੀ ਪੇਸ਼ੀ ਕੰਡੀਸ਼ਨ ਸਾਰੇ ਆਏ ਓਕੇ ਆ ਨਾ ਜੀ ਬਾਕੀ ਸਾਰਾ ਸਮਾਨ ਤੁਹਾਡੇ ਸਾਹਮਣੇ ਹੀ ਖੜਾ ਸਫਾਈ ਵਾਲੀ ਚੀਜ਼ ਬਾਕੀ ਨਵੇਂ ਆ ਤੁਹਾਨੂੰ ਪਤਾ ਹੀ ਆ ਕਿ ਹੁਣ ਤਾਂ ਰੇਟ ਇੰਨੇ ਵਧੇ ਪਏ ਆ ਫਿਰ ਮਿਲਦਾ ਵੀ ਬਿਨਾਂ ਫੱਟੇ ਤੋਂ ਆ ਜਦੋਂ ਆਪਾਂ ਨਵਾਂ ਲੈਣਾ ਹਾਂਜੀ ਫੱਟਾ ਲੱਗ ਗਿਆ ਵਾ ਠੀਕ ਹੈ ਜੀ ਠੀਕ ਹੈ ਜੀ ਚਲੋ ਸਤਿ ਸ਼੍ਰੀ ਅਕਾਲ ਜੀ ਬਾਈ ਜਿਹਨੇ ਲੈਣਾ ਜ਼ਰੂਰ ਸੰਪਰਕ ਕਰਿਓ ਵੀਡੀਓ ਸ਼ੇਅਰ ਕਰ ਦਿਓ ਲਾਈਕ ਕਰਿਓ ਚੰਗੀ ਸਤਿ ਸ਼੍ਰੀ ਅਕਾਲ ਜੀ ਇੱਧਰ ਭਾਣ ਜਾ ਗਿਆ ਖੇਤਾਂ ਵਿੱਚ ਫਾਲੇ ਦੇਖ ਲਓ ਜੀ ਬਾਈ ਕਿੱਥੇ ਦੇ ਬਣੇ ਹੋਏ ਭਾਜੀ ਇਹ ਬਾਈ ਜੀ ਇਹ ਜੀ ਚੰਡੂ ਵਾਲਿਆਂ ਦੇ ਚੰਡੂ ਕਿੱਥੇ ਹੈ ਇਹ ਦੁਕਾਨ ਸ਼ਾਪ ਇਹ ਸਮਰਾਲੇ ਕਿੰਨੀ ਹੈ ਇਹ ਸਰਹੰਦ ਸਰਹੰਦ ਚੰਡੂ ਤਾਂ ਸਰਹੰਦ ਹਾਂ ਸਰਹੰਦ ਜਿਹੜਾ ਤੁਸੀਂ ਥਰੈਸਰ ਆ ਉਹ ਸਮਰਾਲੇ ਦਾ ਹਨਾ ਚਲੋ ਜੀ ਖੇਤ ਪਾ ਕੇ ਦਿਖਾਉਣੇ ਹੁਣ ਜਿਹੜੇ ਫਾਲੇ ਬਣਾਏ ਸਵਾਗਾ ਤਾਂ ਆਪਣੇ ਪਿੰਡੇ ਬਣਵਾ ਲਿਆ ਸਵਾਗੇ ਜਿਹਨੇ ਫੱਟੀ ਪਾਤੀ ਆ ਸਵਾਗਾ ਬਣਾ ਕੇ ਦਿੱਤਾ ਵਿੱਚ ਫੱਟੀ ਪਵਾ ਲਈ ਟਰਾਲਾ ਸੰਤ ਸਾਰੇ ਬਣਾਈ ਵਰਦਾ ਹੁਣ ਹੈਰੋ ਬਣਾਣੀ ਹੈ ਜੇ ਕਿਸੇ ਨੇ ਸੰਬਾਕ ਕਰਨਾ ਹੋਵੇ ਜੀ ਫਾਲੇ ਫੂੜੇ ਬਣਾਉਣੇ ਨੂੰ ਬਣਾਉਣੇ ਵਾਸਤੇ ਤਾਂ ਕਰ ਸਕਦੇ ਆ ਜੀ ਕਿਵੇਂ ਨਾਲ ਤੇਰੇ ਨਾਲ ਨਾ ਕਿੱਥੇ ਕਿੱਥੇ ਆਈ ਦੁਕਾਨ ਉਹਦੀ ਕਿੱਥੇ ਤੇ ਬਣਵਾਇਆ ਤੁਸੀਂ ਉਹਦੀ ਉਹ ਜਿਹੜਾ ਉੱਥੇ ਤੂੰ ਘਰ ਦੀ ਹੈ ਨਾ ਹਾਂਜੀ ਕੀ ਨਾਮ ਆਈ ਉਹਦਾ ਬਾਈ ਦਾ ਹੈ ਗਿੰਦੀ ਬਾਈ ਗਿੰਦੀ ਸਾਲਾ ਵਾਰ ਹੁਣ ਤਾਂ ਜੰਡੂ ਕਹਿੰਦਾ ਤੂੰ ਕਹਿੰਦਾ ਨਹੀਂ ਨਹੀਂ ਜੰਡੂ ਮਖੌਲ ਕਰਦਾ ਜੰਡੂ ਵਾਲਿਆਂ ਦੇ ਤਾਂ ਮਖੌਲ ਕਰਦਾ ਤਾਂ ਇਹ ਜੰਡੂ ਟਾਈਪ ਬਣਾਏ ਵੇਚਣਾ ਬਿਲਗਾ ਟਾਈਪ ਹੁੰਦਾ ਹਾਂ ਜੰਡੂ ਟਾਈਪ ਚਲੋ ਬਾਈ ਖੇਤ ਚ ਬਹਣ ਲੱਗਿਆ ਤੁਹਾਨੂੰ ਦਿਖਾਉਣ ਲੱਗਿਆ ਹੁਣ ਚਲੋ ਜੀ ਬਾੜੋ ਹਾਂ ਚੱਲ ਚੱਲ ਬੈਗ ਬੈਗ ਨਹੀਂ ਜਾਣੇ ਡਾਕਰ ਆ ਇਹਦੇ ਕਰਕੇ ਇਹਨੇ ਆਹ ਨਦੀ ਚੋਂ ਲਿਆ ਰੇਤਾ ਚੱਕ ਕੇ ਮਿੱਟੀ ਨਦੀ ਚੋਂ
नदी जो चक के लिया बोने खातर ठीक है जी। डंडा तो नहीं खोलना नट कड लेने हेठा गिर जाना इन्होंने मकैनिक नु आप दस दस के बनवाए देख लो हाथ ना दे ले मड़ी मैं खोल दूं नट खोल ले मैं चेक कर नट खोल दे तू चलो जी ओ चलो चलो भाई चलो पैडल ना चलदा भाई थोड़ा यार हां बा हो रही है जी जोता ही लगदा भाई ट्रैक्टर दा जोता लगना ही है फोर भाई फोर भाई फोर थोड़ा ऊंचा नी मैं खा लिया है इस करके माफ कर दियो ना लग्या हो सारे ਅੰਨਾ ਦਾ ਨੰਬਰ ਆ ਲਿੰਕ ਲੂੰਕ ਖੁੱਲ ਜਾਂਦੀ ਆ ਕਈ ਵਾਰ ਠੀਕ ਹੈ ਲਿੰਕ ਖੁੱਲ ਗਈ ਆ ਸ਼ਾਲਾ ਚ ਨਹੀਂ ਐਨਾ ਐਨਾ ਕਿਹੜਾ ਸਕੂਲ ਦਾ ਨਾਮ ਤਾਂ ਦੱਸ ਦੇ ਕਿਹੜੇ ਸਕੂਲ ਰੋਪੜ 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 ਕਿਹੜੀ ਕਲਾਸ ਚ ਫਸਟ ਫਸਟ ਵਿੱਚ ਬੈਠ ਉਹ ਖੜਾ ਹੋ ਗਿਆ ਖੜਾ ਜ਼ੋਰ ਮਾਰਦਾ ਬਾਈ ਉਹਨਾਂ ਨਹੀਂ ਬਾਈ ਬਾਈ ਮਨਿੰਦਰ ਨੇ ਖੇਤਾ ਬਾਤਾ ਦੇਖ ਲਓ ਤੁਹਾਡੇ ਸਾਹਮਣੇ ਹੁਣ ਸਵਾਗਾ ਲੱਗਿਆ ਫੇਰ ਚਲੋ ਜੀ ਸਵਾਗਾ ਫੇਰੋ हफ्ते तक ठीक है फिर पट हो जाने आलू है ना कुत्ता कपड़ा कुपड़ा मार के भाणजे ने करना बी नहीं फड़ा पैसे भी नहीं गिनने ਜਿਹੜਾ ਜਿੰਦਾ ਜੁੰਦਾ ਹੈ ਟੂਲ ਦਾ ਉਹ ਵੀ ਨਾਲ ਚਾਬੀ ਦੇ ਦੂਗੇ ਕੋਈ ਨਾ ਚਾਬੀ ਟਰੈਕਟਰ ਦੀ ਉੱਚ ਪਾਈ ਹੋਈ ਆ ਅੱਛਾ ਉਹ ਫਿਰ ਟਰੈਕਟਰ ਤੋਂ ਕੱਢ ਕੇ ਨਾ ਦੇ ਦੇ ਚਲ ਠੀਕ ਹੈ ਚਲੋ ਲਓ ਜੀ ਇੱਧਰ ਆ ਭਾਣਜੇ ਦੇ ਖੇਤ ਆ ਗਏ ਆ ਕੇ ਆਏ ਆਲੂ ਆਈ ਗਏ ਉਹ ਪਰੇ ਤੁਹਾਨੂੰ ਦਿਖਾਉਣੀ ਲਸਣਾ ਜੀ ਇਹ ਕਿਹੜਾ ਆਲੂ ਹੈ ਇਹ ਬਾਈ ਇਹਨੇ ਲਾਏ ਵੇ ਕਿਹੜਾ ਜੀ ਡਾਇਮੰਡ ਆਲੂ ਅੱਛਾ ਜੀ ਡਾਇਮੰਡ ਆ चल तेरे जोगे तो हो जाने टोकरी मनु किन्ने दे दूंगा आपे
मनु दे दूंगा भी है आलू लसन देख ला क्या करे वो है सुहा बाबा के हम इथे कणक भी देखो बी मुंडे कणक भी तगड़ी कणक भी तगड़ी है ना बी ठीक है इधर बी कणक बीजी मुंडे ने बट्टा पर बीज तैयार करे मतलब मीह ने मार ली है ना पानी ने उपर ते पानी टुटी गया होना क्यारे चो मनिंदर चल कोई नी बंदा हौली हौली सिखदा हुंदा बाकी भाई खेतां च रहने वाले जिन्हें खेतां च घर उन्हां दा फर्क हुंदा ही है न्याणे दा इह सारी नॉलेज है सारी नॉलेज है भाई इहनूं इन्नी अजे अजे असीं बीज भुल जांदे आ इहनूं इहदे दिमाग इन्ना इहनूं हरेक बीज याद रहिंदा फिर स्प्रे कड़ी करिए गुल्ली डंडा ही पता इहनूं किहड़ा हुंदा देखो डेमो देखना मतलब अगले सानू पता लग जूगा की रिजल्ट वधिया है ठीक है जी चलो जी ठीक है जी चलो ठीक है बई जी तो संपर्क कर लियो जरूर जे भीर ने हड़ंबा लेना हो सौदा कर लियो जी तो आपने नंबर देता बाकी आके देख सकते हो हड़ंबा जब मर्जी फोन करके आ जी भी तो इन्होंने कुत्ता भी है जर्म शर्ट वह भी देना है तो वह भी कर लियो संपर्क जो किसी ने कुत्ता भी देना है चलो ठीक है जी अज की वीडियो इतनी तक सी मिलते किसी अगली वीडियो सारे सत श्री अकाल जी।